ਆਪਾਂ ਨੂੰ ਜਗਰਾਉਂ ਮਿਲੇ ਤੇ ਬਾਈ ਮਿਲੇ ਆ। ਇਹ ਟਰੈਕਟਰ ਤਿਆਰ ਕਰਦੇ ਆ ਬਾਈ, ਪੁਰਾਣੇ ਟਰੈਕਟਰ। ਤੁਸੀਂ ਆਪਦਾ ਕੋਈ ਪੁਰਾਣਾ ਟਰੈਕਟਰ ਲੈ ਜਾਓ, ਤੁਸੀਂ ਤਿਆਰ ਕਰਾ ਕੇ ਦੇਖੋ, ਤੁਹਾਨੂੰ ਐਂ ਨਹੀਂ ਪਤਾ ਲੱਗਣਾ ਵੀ ਟਰੈਕਟਰ ਨਵਾਂ ਜਾਂ ਪੁਰਾਣਾ। ਬਾਈਆਂ ਦਾ ਦੂਰ ਦੂਰ ਤੱਕ ਨਾਂ ਚੱਲਦਾ, ਕਨੇਡਾ ਅਮੈਰੀਕਾ ਤੱਕ ਨਾਂ ਚੱਲਦਾ। ਆਓ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਅੱਜ ਇੱਕ ਤੁਹਾਡੇ ਵਾਸਤੇ ਆਪਾਂ ਚੀਜ਼ ਇੱਕ ਦਿਖਾਉਂਦੇ ਹਾਂ। ਕਹਿੰਦੇ ਹੁੰਦੇ ਆ ਵੀ ਬੜੀ ਪਿਆਰੀ ਚੀਜ਼ ਜਿਹੜਾ ਟਰੈਕਟਰ ਹੈ, ਵੀ ਪੁਰਾਣਾ ਟਰੈਕਟਰ ਕਿਹੋ ਜਿਹਾ ਮਰਜ਼ੀ ਲੈ ਕੇ ਜਾਓ, ਬਾਈਆਂ ਨੂੰ ਦਿਓ ਅਤੇ ਨਵਾਂ ਉਹਨਾਂ ਤੋਂ ਬਣਾ ਕੇ ਲੈ ਆਓ। ਉਹ ਚੀਜ਼ ਸਾਰੀ ਤੁਹਾਨੂੰ ਦਿਖਾਉਂਦੇ ਹਾਂ, ਬਾਈ ਨਾਲ ਗੱਲਬਾਤ ਕਰਦੇ ਹਾਂ। ਜਿਹੜੇ ਟਰੈਕਟਰ ਇਹਨਾਂ ਨੇ ਤਿਆਰ ਕੀਤੇ ਆ, ਸ਼ੌਂਕ ਨਾਲ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਭਰਾ ਇਹਨਾਂ ਤੋਂ ਤਿਆਰ ਕਰਵਾਉਂਦੇ ਆ ਜੀ। ਇਹ ਬਾਈ ਨੂੰ ਆਪਾਂ ਪੁੱਛਦੇ ਹਾਂ ਵੀ ਬਾਈ ਦਾ ਕਿੱਥੇ ਤਿਆਰ ਕਰਦੇ ਆ, ਕਿਹੜਾ ਪਿੰਡ ਆ ਬਾਈ ਜੀ, ਅਤੇ ਇਹ ਸਾਰੇ ਟਰੈਕਟਰ ਤੁਹਾਨੂੰ ਵਾਰੀ ਵਾਰੀ ਦਿਖਾਉਂਦੇ ਆ। ਆ ਜਾਓ ਪਹਿਲਾਂ ਤਾਂ ਇਹ ਆਪਾਂ ਫੋਰ ਦਿਖਾ ਕੇ ਜੀ। ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜਾ ਇਹ ਟਰੈਕਟਰ ਆਪਾਂ ਤਿਆਰ ਕੀਤਾ, ਇਹ ਆਪਾਂ ਵੀ ਜਿਹੜਾ ਇਹ ਪੁਰਾਣੀ ਹਾਲਤ ਦੇ ਵਿੱਚ ਕਿਹੜਾ ਮਾਡਲ ਸੀਗਾ? ਇਹ 70 ਮਾਡਲ ਆ ਜੀ, ਮੈਡ ਇਨ ਇੰਗਲੈਂਡ ਆ। ਹਾਂਜੀ ਠੀਕ ਹੈ ਜੀ। 3000 ਫੁੱਟ ਇਹਨੂੰ ਕਹਿੰਦੇ ਸੀਗੇ, ਇਹਨੂੰ 3000 ਫੁੱਟ ਕਹਿੰਦੇ। ਠੀਕ ਹੈ, 3000 ਤੋਂ ਪਹਿਲਾਂ ਇਹ ਆਇਆ। ਠੀਕ ਹੈ, 3700 ਤੋਂ ਪਹਿਲਾਂ ਆਇਆ 3000 ਫੁੱਟ। ਠੀਕ ਹੈ ਜੀ। ਇਹਦੇ ਉੱਤੇ ਜੇ ਵੀ ਆਪਣਾ ਭਰਾ ਗਾ ਜਿਹੜਾ ਪੁਰਾਣਾ ਟਰੈਕਟਰ ਹੈ, ਤਕਰੀਬਨ ਇਹ ਜਦੋਂ ਆਪਣੇ ਕੋਲ ਛੱਡ ਕੇ ਜਾਂਦੇ, ਕਿੰਨੇ ਟਾਈਮ ਦੇ ਵਿੱਚ ਤਿਆਰ ਕਰਕੇ ਤੁਸੀਂ ਦੇ ਦਿੰਦੇ? ਫਿਲਹਾਲ 6 ਮਹੀਨੇ ਦੀ ਵੇਟਿੰਗ ਹੈ ਜੀ। 6 ਮਹੀਨੇ ਦੀ ਵੇਟਿੰਗ ਹੈ ਜੀ। ਠੀਕ ਹੈ, ਅਤੇ ਕਿਹੜੀ ਜਗ੍ਹਾ ਤੋਂ ਆਪਾਂ ਬਾਈ ਜੀ? ਸਾਡਾ ਪਿੰਡ ਹੈ ਜੀ ਸਵੱਦੀ ਕਲਾਂ। ਸਵੱਦੀ ਕਲਾਂ ਜੀ, ਮੁੱਲਾਪੁਰ ਦੇ ਨੇੜੇ। ਮੁੱਲਾਪੁਰ ਦਾਖਾਂ ਦੇ ਨੇੜੇ, ਮੁੱਲਾਪੁਰ ਦਾਖਾ ਕਹਿੰਦੇ ਹੈ ਨਾ, ਉਹਨਾਂ ਦੇ ਨੇੜੇ ਆ। ਅਤੇ ਇਹ ਬਾਈ ਜੀ ਆਪਣੇ ਕੋਲ ਵੀ ਸਾਲ ਦੇ ਵਿੱਚ ਤਕਰੀਬਨ ਵੀ ਬਹੁਤ ਭਰਾ ਤਿਆਰ ਕਰਾਉਂਦੇ ਹੋਣਗੇ ਨਾ, ਹਰ ਤਰ੍ਹਾਂ ਦਾ ਟਰੈਕਟਰ ਤਿਆਰ ਹੀ ਆ? ਹਾਂਜੀ ਹਾਂਜੀ ਬਿਲਕੁਲ ਜੀ, ਤਾਂ 6 ਮਹੀਨੇ ਦੀ ਵੇਟਿੰਗ ਹੈ ਨਾ। ਅਤੇ ਉੱਥੇ ਇਹ ਬਾਈ ਜੀ ਦੇਖੋ ਤੁਸੀਂ 3000 ਫੋੜ ਆ ਜਿਹੜਾ 70 ਮਾਡਲ ਹੈ ਜੀ, ਇਹ ਅੱਜ ਤੁਸੀਂ ਦੇਖ ਸਕਦੇ ਆ। ਬਿਲਕੁਲ ਜੀ, ਆਹ ਦੇਖੋ ਇੰਗਲੈਂਡ ਤੋਂ ਜਾਲੀ ਆਈ ਵੀ ਹੈ ਜੀ, ਜਿਹੜੀ ਤਿਆਰ ਕੀਤੀ ਆ, ਫੋੜ ਲਿਖਿਆ ਵਾ ਉੱਤੇ। ਠੀਕ ਹੈ ਜੀ, ਤੁਸੀਂ ਹਰ ਚੀਜ਼ ਦੇਖ ਸਕਦੇ ਆ, ਬੈਂਪਰ ਤੋਂ ਲਾ ਕੇ, ਟਾਇਰਾਂ ਤੋਂ ਲਾ ਕੇ, ਜਿਹੜਾ ਤਿਆਰ ਕੀਤਾ ਬਾਈਆਂ ਨੇ, ਇੱਕ ਜਿਵੇਂ ਕਹਿ ਨਹੀਂ ਦਿੰਦੇ ਪਰ ਰੂਹ ਖੁਸ਼ ਹੁੰਦੀ ਆ, ਰੂਹ ਖੁਸ਼ ਹਰ ਚੀਜ਼ ਦੇ ਉੱਤੇ। ਉਵੇਂ ਜਿਕਰੀ ਜਿਹੜਾ ਕੋਈ ਨਵੇਂ ਦੇ ਵਿੱਚ ਆਉਂਦਾ, ਉਹ ਚੀਜ਼ ਇਹਨਾਂ ਨੇ ਲਾਈ ਆ। ਇੱਕ ਤਰ੍ਹਾਂ ਬਸ ਐਂ ਮੰਨ ਲਓ ਬਾਡੀ ਪੁਰਾਣੀ ਸੀ, ਸਾਰੀ ਜਾਣ ਪਾ ਕੇ ਇੱਕ ਨਵਾਂ ਬਣ ਗਿਆ, ਨਵਾਂ ਮਾਡਲ। ਠੀਕ ਹੈ, ਜਦੋਂ ਟਰੈਕਟਰ ਹੁੰਦਾ, ਟਰੈਕਟਰ ਜਦੋਂ ਕਹਿੰਦੇ ਨਹੀਂ ਹੁੰਦੇ ਪੁਰਾਣਾ ਹੋ ਜਾਏ, ਜੇ ਇੰਜਨ ਕਰਾ ਦਿੰਦੇ ਆਪਾਂ ਤਾਂ ਵੀ ਨਵਾਂ ਬਣ ਜਾਂਦਾ, ਪਰ ਇਹ ਚੀਜ਼ ਹੈ ਇੰਨੀ ਕੁ ਤਕਨੀਕ ਨਾਲ ਬਣਾਉਂਦੇ ਆ। ਹਰ ਜਿਹੜਾ ਕਲਰ ਹੈ, ਰੰਗ ਹੈ, ਜੇ ਤੁਸੀਂ ਆਹ ਚੀਜ਼ ਦੇਖੋਗੇ, ਤੁਸੀਂ ਇਹਦੇ ਉੱਤੇ ਹੱਥ ਵੀ ਮਾਰ ਕੇ ਦੇਖ ਸਕਦੇ ਆ, ਹੈ ਨਾ, ਵੀ ਇਹ ਚੀਜ਼ਾਂ ਮੈਨੇ ਰੱਖਦੀਆਂ ਵੀ ਤਿਆਰੀ ਕਿਵੇਂ ਆ। ਇੱਕ ਹੁੰਦਾ ਵੀ ਆਮ ਰੰਗ ਕਰਤਾ, ਇੱਕ ਹੁੰਦਾ ਜਿਹੜਾ ਮਤਲਬ ਓਰੀਜਨਲ ਚੀਜ਼ ਬਣਾ ਕੇ ਵੀ ਆਪਾਂ ਹਰ ਬੰਦੇ ਦੇ ਮੂਹਰੇ ਕਰਨੀ ਆ, ਉਹ ਚੀਜ਼ਾਂ ਬਾਈ ਜੀ ਬਹੁਤ ਸੋਹਣੀਆਂ ਲੱਗੀਆਂ। ਇਹ ਦੁਆ ਸਾਨੂੰ ਅੱਜ ਨਾਟ ਗਿਆਰਾਂ ਵੀ ਦਿਖਾਈਏ, ਆ ਜਾਓ ਜੀ ਬਾਈ ਜੀ। ਹਾਂ ਵੀ ਇਹ ਚੀਜ਼ਾਂ ਦਿਖਾਓ। ਹਾਂ ਪੰਪ ਆ ਜੀ, ਇਹਦਾ ਲੈਫਟ ਪੰਪ। ਹਾਂਜੀ ਬਿਲਕੁਲ ਜੈਨੂਅਨ ਆ। ਠੀਕ ਹੈ ਜੀ, ਆਹ ਸਟਿੱਕਰ ਆ ਵੀ ਇੰਗਲੈਂਡ ਤੋਂ ਆਇਆ ਜੀ। ਇਹ ਵੀ ਇੰਗਲੈਂਡ ਤੋਂ ਆਇਆ ਜੀ। ਠੀਕ ਹੈ ਜੀ, ਅਤੇ ਇਹ ਪੰਪ ਆ ਜੀ, ਲੈਫਟ ਪੰਪ ਆ ਗਿਆ ਜੀ, ਸਾਰੀ ਚੀਜ਼ ਨਾਲ ਦੀ ਹੈ, ਓਰੀਜਨਲ ਚੀਜ਼ ਮੰਗਾ ਕੇ ਪਾਈ ਵੀ ਹੈ। ਤੁਸੀਂ ਦੇਖ ਸਕਦੇ ਆ, ਤਿਆਰੀ ਦੇਖ ਸਕਦੇ ਆ ਜਿੱਥੇ ਬਾਈ ਬੈਠਾ। ਠੀਕ ਹੈ, ਸਾਰੀ ਤੁਸੀਂ ਇੰਡੀਕੇਟਰ ਲਾ ਕੇ ਯਾਰ ਕੁਛ ਮਰਜ਼ੀ ਦੇਖ ਲਓ, ਵੀ ਇੱਕ ਤਰ੍ਹਾਂ ਰੂਹ ਖੁਸ਼ ਹੋ ਜਾਂਦੀ ਹੈ ਬਾਈ ਜੀ। ਐਂ ਲੱਗਦਾ ਹੁੰਦਾ ਵੀ ਆਪਾਂ ਤਿਆਰ ਕਰਵਾਈਏ ਆਪਦਾ ਵੀ। ਜਿਹੜੇ ਬੰਦੇ ਸ਼ੌਕੀਨ ਆ ਇਹ ਚੀਜ਼ ਦੇ, ਤਿਆਰ ਕਰਵਾਉਂਦੇ ਆ ਟਰੈਕਟਰ, ਉਹ ਪਿਆਰ ਕਰਦੇ ਆ ਨਾ ਸੰਦਾਂ ਨੂੰ, ਵਿੱਚ ਬੰਦੇ ਬਹੁਤ ਸਾਂਭਦੇ ਹੁੰਦੇ ਆ। ਇੱਕ ਵਾਰੀ ਤੁਸੀਂ ਬਾਈਆਂ ਨੂੰ ਜ਼ਰੂਰ ਮਿਲਣਾ, ਤੁਹਾਨੂੰ ਬਾਈਆਂ ਦਾ ਨੰਬਰ ਵੀ ਦੇਵਾਂਗੇ। ਇਹਦੂ ਬਾਅਦ 9-11 ਵਾਸਤੇ ਆਪਾਂ ਇਹ ਗੱਲ ਕਰਦੇ ਹਾਂ। ਹਾਂਜੀ ਮੱਧ ਪ੍ਰਦੇਸ਼ ਤੋਂ MP 'ਚੋਂ ਆਇਆ, ਇਹ MP ਦੇ ਵਿੱਚੋਂ ਆਇਆ ਜੀ 9-11। ਠੀਕ ਹੈ ਜੀ, ਇਹਦੇ ਵਿੱਚ ਕੋਈ ਬਦਲਾਵ ਕੀਤਾ ਜਾਂ ਕੋਈ ਸਾਰਾ ਕੁਝ ਓਰੀਜਨਲ ਹੀ ਹੈ? ਜਿਹੜਾ ਪਹਿਲਾਂ ਸੀਗਾ ਜੀ ਇਹਦੀ ਬਹੁਤ ਹਾਲਤ ਕਰ ਰਹੇ ਸੀ। ਅੱਛਾ ਜੀ, ਹੁਣ ਇਹਦਾ ਅਸੀਂ ਪਾਵਰ ਸਟੀਅਰਿੰਗ ਕੀਤਾ। ਹਾਂਜੀ ਟੋਟਲ A-Z ਦਾ ਕੰਮ ਹੈ। ਠੀਕ ਹੈ ਜੀ, ਟੋਟਲ ਰੀਬਿਲਟ ਹੋਇਆ, A-Z ਦੇ ਕੰਮ ਕੀਤਾ, ਯਾਨੀ ਕਿ ਕੋਈ ਕੰਮ ਇਹੋ ਜਿਹਾ ਨਹੀਂ ਵੀ ਜਿਹੜਾ ਕੋਈ ਛੱਡਿਆ ਹੋਊਗਾ। ਠੀਕ ਹੈ ਜੀ, ਬਾਕੀ ਇਹ ਚੀਜ਼ ਮੰਨਣ ਯੋਗ ਹੈ, ਆਪਾਂ ਕੁਛ ਵੀ ਮਰਜ਼ੀ ਦੇਖ ਸਕਦੇ ਹਾਂ, ਵੀ ਇਹ ਚੀਜ਼ਾਂ ਇਹੋ ਜਿਹੀਆਂ ਤਕਨੀਕ ਨਾਲ ਬਣਾਈਆਂ। ਇਹ ਨਵਾਂ ਟਰੈਕਟਰ ਵੀ ਆਪਾਂ ਜੇ ਦੇਖਾਂਗੇ, ਉਹ ਵੀ ਆਪਾਂ ਨੂੰ ਥੋੜ੍ਹਾ ਜਿਹਾ ਫਿੱਕਾ ਲੱਗੂਗਾ, ਹੱਕ ਵੀ ਜੈਨੂਅਨ ਆ ਮਗਰ ਲੱਗਾ। ਹਾਂਜੀ ਉਹ ਵੀ ਦਿਖਾਉਣੇ ਆ ਜੀ ਆਪਾਂ, ਜਿਹੜਾ ਸਾਰਾ ਸੈਟ ਮੈਂ, ਤੁਸੀਂ ਇੱਕ ਵਾਰੀ ਆ ਜਾਓ, ਹੌਲੀ ਹੌਲੀ ਆਉਂਦੇ, ਤੁਸੀਂ ਦੇਖੀ ਚਲੋ ਵੀ ਜਿਹੜਾ ਇਹਦਾ ਕਲਰ, ਇਹਦਾ ਵੀ ਦੇਖੋ ਤੁਸੀਂ। ਇਹ 9-11 ਇਹਨੂੰ ਕਹਿੰਦੇ ਨੇ ਝੋਟਾ ਟਰੈਕਟਰ, ਝੋਟਾ। ਠੀਕ ਹੈ, ਇਹ ਟਰੈਕਟਰ ਹੁਣ ਮਤਲਬ ਜਿਹੜੇ ਭਰਾਵਾਂ ਕੋਲ ਪੁਰਾਣੇ ਆ ਉਹ ਤਿਆਰ ਕਰਵਾ ਰਹੇ ਆ। ਹਾਂਜੀ ਨਵੇਂ ਇਹ ਬੰਦ ਹੈ, ਅਤੇ ਇਹ ਤਿਆਰ ਕਰਵਾ ਰਹੇ ਆ। ਦੂਜੇ ਤੀਜੇ ਵਿੱਚ ਤਾਂ ਇਹ ਇਹਨੂੰ ਰਲ ਨਹੀਂ ਦਿੰਦਾ ਸੀ ਕਿਸੇ ਕੰਮ ਦੇ ਵਿੱਚ ਵੀ, ਅਤੇ ਕਿਉਂਕਿ ਚਲੋ ਆਪਾਂ ਜੱਟਾਂ ਦੇ ਪੁੱਤ ਆਪਣੇ ਇਹ ਚੀਜ਼ਾਂ ਚਲਾਈਆਂ ਵੀ ਆ, ਫੋੜ ਵੀ ਚਲਾਏ ਵੇ ਆ, 9-11 ਚਲਾਏ ਵੇ ਆ, ਚਲੋ ਉਦੋਂ ਬਾਅਦ ਜੌਂਡੀਅਰ ਦਾ ਕਰੇਜ਼ ਹੋ ਗਿਆ ਸੀਗਾ। ਅਤੇ ਪਰ ਇਹ ਜਿਹੜੀਆਂ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ, ਦੁਬਾਰੇ ਮੈਨੂੰ ਲੱਗਦਾ ਵੀ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਬਣਾਉਣੀਆਂ ਪੈਣਗੀਆਂ, ਇੱਕ ਜੱਟ ਦੇ ਪੁੱਤ ਦੇ ਨਾਂ 'ਤੇ, ਸ਼ੌਂਕ ਦੇ ਤੰਦ, ਜਿਹਨੂੰ ਕਹਿੰਦਾ ਜੇ ਕੋਈ ਦੇਖੂਗਾ ਵੀ ਅਗਲਾ ਕਹਿੰਦਾ ਵੀ ਵਾਕਈ ਯਾਰ ਚੀਜ਼ ਪਿਆਰ ਕਰਨ ਵਾਲੀ ਹੈ। ਕਿਉਂਕਿ ਆਪਣਾ ਮੇਨ ਹੈ ਇਹ ਜਿਹੜਾ ਸੰਦ ਹੈ, ਇਹਦੇ ਬਿਨਾਂ ਆਪਣਾ ਕੁਛ ਨਹੀਂ ਸਰ ਸਕਦਾ। ਠੀਕ ਹੈ, ਸਭ ਤੋਂ ਜ਼ਿਆਦਾ ਮੇਨ ਚੀਜ਼ ਜੱਟ ਵਾਸਤੇ ਜਾਂ ਕੋਈ ਵੀ ਖੇਤੀ ਕਰਦਾ ਯਾਨੀ ਕਿ ਕਿਸਾਨ ਵਾਸਤੇ ਇਹ ਚੀਜ਼ ਸਾਰੀ ਮੇਨ ਹੈ। ਤੁਸੀਂ ਦੇਖੋ ਹੁੱਕ ਦੇਖੋ, ਜਿਹੜੀ ਇਹ ਓਰੀਜਨਲ ਆ ਜਮਾਂ, ਬਿਲਕੁਲ ਨਾਲ ਹੁੱਕ ਆਉਂਦੀ ਜਮਾਂ, ਆਹ ਜਿਹੜੀ ਹੁੱਕ ਹੈ ਇਹ ਓਰੀਜਨਲ ਹੁੱਕ ਆਉਂਦੀ ਹੈ, ਜਿਹੜੀ ਡੁਪਲੀਕੇਟ ਹੁੱਕ ਹੈ
ਠੀਕ ਹੈ ਜੀ, ਲਾ ਡਰਾਈਵਰ ਤੋਂ ਹਰ ਚੀਜ਼ ਦੇਖੋ ਵੀ ਜਿਵੇਂ ਮਤਲਬ ਇੱਥੋਂ ਆਪਾਂ ਖੜ੍ਹਦੇ ਹਾਂ ਇਹ ਟਰੈਕਟਰ ਹੁਣ ਖੜ੍ਹੇ ਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਪੁਰਾਣੇ ਆ, ਹਰ ਇੱਕ ਬੰਦੇ ਨੂੰ ਐਂ ਲੱਗਦਾ ਵੀ ਜਿਵੇਂ ਏਜੰਸੀ ਵਾਲੇ ਆਏ ਹੋਏ ਹੁੰਦੇ ਆ। ਉਹ ਨੰਬਰ ਆਪਣਾ ਲੱਗਿਆ ਪਤਾ, ਉਹ ਨੰਬਰ ਦੇ ਉੱਤੇ ਮਾੜਾ ਜਿਹਾ ਮਾਰੋ 98782075735, ਇਹ ਬਾਈ ਦਾ ਨੰਬਰ ਹੈ ਜੀ। ਬਾਈ ਡਿੱਕ ਵੀ ਆਪ ਹੀ ਲੱਗ ਦਿੰਦੇ ਸਾਰਾ ਕੁਛ ਕੰਪਲੀਟ, ਸਾਰਾ ਬਾਈ ਕਹਿੰਦੇ ਕੰਪਲੀਟ ਕਰਕੇ ਦਿੰਦੇ। ਉਦੋਂ ਬਾਅਦ ਆ ਜਾਓ ਇਹ 3700 ਖੜਾ ਫੋਰਡ, ਇਹਦੇ ਆਪਾਂ 3700 ਤੋਂ ਇੱਥੋਂ ਹੀ ਲੱਗ ਜਾਓ। ਇਹਦੇ ਵਿੱਚ ਕੋਈ ਬਦਲਾਵ ਕੀਤਾ ਜੀ? ਹਾਂਜੀ, ਇਹਦੀ ਹੁੱਕ ਹੋਰ ਲਾਈ ਹੈ। ਅਜੇ ਹੁੱਕ ਹੋਰ ਲਾਈ ਹੈ, 92 ਮਾਡਲ ਹੈ ਜੀ। ਦੇਖੋ ਜੀ 92 ਮਾਡਲ ਹੈ, ਹਾਂਜੀ ਐਡਜਸਟੇਬਲ ਲੱਗੀ ਹੋਈ ਹੈ। ਓਕੇ ਜੀ, ਓਕੇ। ਦੇਖੋ ਜੀ ਸਾਰੀ ਚੀਜ਼ ਜਿਹੜੀ ਆ ਪੂਰੀ ਵਧੀਆ ਤਿਆਰ ਕੀਤੀ ਆ ਪ੍ਰੋਪਰ, ਡਿਸਕ ਵਾਲੀ ਬ੍ਰੇਕ ਦੂਜੀਆਂ ਬ੍ਰੇਕਾਂ ਬਦਲਾਵ ਕਰਤਾ, ਯਾਨੀ ਕਿ ਡਿਸਕ ਬ੍ਰੇਕ ਕਰਤਾ ਵਾ। ਓਕੇ ਜੀ, ਓਕੇ। ਜਿਹੜੇ ਇਹਦੇ 16 ਦੇ ਟਾਇਰ ਹੋਣਗੇ, ਇਹਦੇ ਵੀ 16 ਦੇ ਆ ਜੀ ਸਰ? ਇਹਦੇ 14 ਜੀ, 14-28 ਦੇ ਕਹਿੰਦੇ ਨਾ। ਅਤੇ ਤੁਸੀਂ ਆਹ ਦੇਖ ਸਕਦੇ ਆ, ਮੂਹਰੇ ਵੀ ਤੁਸੀਂ ਦੇਖ ਸਕਦੇ ਆ। ਆਹ ਦੇਖੋ ਸਾਰੀ ਜਿਹੜੀ ਸਜਾਵਟ ਹੈ ਨਾ, ਇਹ ਹਰ ਚੀਜ਼ ਤੋਂ ਪਤਾ ਲੱਗਦਾ ਆਪਾਂ ਨੂੰ। ਜਿਵੇਂ ਬੈਂਟਰੀ ਦਾ ਬੋਕਸ ਹੈ, ਇਹ ਆਮ ਬੋਕਸ ਵੀ ਲੱਗ ਸਕਦਾ ਹੈ ਨਾ ਕਲਰ ਕਰਕੇ, ਪਰ ਨਹੀਂ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੈ ਨਾ ਵੀ ਇਹ ਚੀਜ਼ਾਂ ਆਉਂਦੀਆਂ ਜਿਹੜਾ ਕੰਮ ਕੀਤਾ ਵਾ, ਇਕੱਲੀ ਇਕੱਲੀ ਚੀਜ਼ 'ਤੇ ਕੰਮ ਕੀਤਾ ਵਾ ਜੀ ਏ ਤੋਂ ਜੈਡ ਤੱਕ। ਇਹ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ, ਦੇਖਣ ਯੋਗ ਹੈ। ਅਤੇ ਤੁਸੀਂ ਟਾਇਰ ਵੀ ਵਗੈਰਾ ਦੇਖ ਸਕਦੇ ਆ ਵੀ ਇਹ ਦੂਜੇ ਗੁੱਡੀਆਂ ਵਾਲੇ ਟਾਇਰ ਪਏ ਆ। ਅਤੇ ਇਹ ਵੀ ਪ੍ਰੈਸਰ 'ਤੇ ਕੀਤਾ ਜੀ ਆਪਾਂ, ਸਟੇਅਰਿੰਗ ਪਾਵਰ ਸਟੇਅਰਿੰਗ ਹੈ ਜੀ ਇਹਦਾ ਵੀ। ਅਤੇ ਇਹਦੀ ਵੀ ਦੇਖੋ ਮੂਹਰੇ ਜਾਲੀ ਉਹੀ ਫੋੜ ਵਾਲੀ ਹੈ, ਇੱਦਾਂ ਹੀ ਜਾਲੀਆਂ ਆਉਂਦੀਆਂ ਸੀ ਕਿਉਂਕਿ ਸਾਡੇ ਕੋਲ ਪਹਿਲਾਂ ਪੁਰਾਣੇ ਟਾਈਮ ਦੇ। ਬਿਲਕੁਲ ਜੀ, ਬਿਲਕੁਲ। ਅਤੇ ਇਹ ਫੋਰਡ ਸੀਗਾ, ਅਤੇ ਦੇਖੋ ਉੱਤੇ ਸਾਰਾ ਕੁਝ ਲੱਗਿਆ ਹੋਇਆ, ਬੈਂਪਰ ਤੋਂ ਲਾ ਕੇ ਹਰ ਚੀਜ਼, ਮਤਲਬ ਬੈਂਪਰ ਵੀ ਆਪ ਹੀ ਆਪਣੇ ਬਣਦਾ ਜੀ, ਹਰ ਚੀਜ਼ ਬਾਈ ਆਪ ਬਣਾਉਂਦੇ ਆ ਜੀ। ਮਜ਼ਬੂਤੀ ਕਿਉਂਕਿ ਦਿੰਦੇ ਆ, ਜਦੋਂ ਕੋਈ ਵੀ ਪੁਰਾਣੇ ਸੌਂਕ ਨਾਲ ਤਿਆਰ ਕਰਨਾ ਮਜ਼ਬੂਤੀ ਵੀ ਜ਼ਰੂਰੀ ਹੈ। ਪਰ ਇਹਨਾਂ ਨੂੰ ਦੇਖ ਕੇ ਇੱਕ ਐਂ ਲੱਗਦਾ ਵੀ ਯਾਰ ਇਹ ਪੁਰਾਣੇ ਨਹੀਂ, ਇੱਕ ਏਜੰਸੀ ਦੇ ਵਿੱਚ ਨਵੇਂ ਟਰੈਕਟਰ ਲਾਏ ਹੋਏ ਆ, ਇਹ ਚੀਜ਼ ਐਂ ਲੱਗਦੀ। ਇਹ ਵੀ ਤਿਆਰ ਕੀਤਾ ਬਾਈ ਆਪਣਾ? ਇਹ 2000 ਮਾਡਲ, ਇਹ ਮਹਿੰਦਰਾ 585 DI, ਇਹ ਮੇਰੇ ਹਿਸਾਬ ਨਾਲ ਸਿੰਗਲ ਕਲੱਚ ਆਇਆ ਸੀਗਾ ਪਹਿਲਾਂ, 2000 ਮਾਡਲ। ਠੀਕ ਹੈ ਜੀ, ਇਹ ਸਿੰਗਲ ਕਲੱਚ ਆਇਆ ਸੀਗਾ, ਹੁਣ ਡਬਲ ਕੀਤਾ ਵਾ, ਇਹ ਡਬਲ ਕੀਤਾ ਵਾ ਜੀ। ਕਿੰਨਾ ਮਾਡਲ ਸੀ? 2000 ਮਾਡਲ ਹੈ ਜੀ ਇਹ। ਤੁਸੀਂ ਦੇਖੋ ਦੂਰੋਂ ਐਂ ਲੱਗਦਾ ਵੀ ਯਾਰ ਏਜੰਸੀ ਵਾਲੇ ਖੜ੍ਹੇ ਆ, ਹਰ ਚੀਜ਼ ਤੁਸੀਂ ਇਹਦੀ ਮਹਿੰਦਰਾ ਦੀ ਦੇ ਸਕਦੇ ਆ, ਚੰਗੀ ਚੀਜ਼ ਹਰ ਚੀਜ਼ ਤੁਸੀਂ ਲਾਓ ਬਾਕਸ ਤੋਂ। ਛੋਟੀਆਂ ਛੋਟੀਆਂ ਚੀਜ਼ਾਂ ਵੀ ਜੇ ਤੁਸੀਂ ਦੇਖੋਗੇ, ਇੰਡੀਕੇਟਰ ਤੋਂ ਦੇਖੋਗੇ, ਉਹ ਚੀਜ਼ਾਂ ਨਹੀਂ ਤੁਸੀਂ, ਇਹ ਖਿੱਚ ਦਾ ਕੇਂਦਰ ਬਣਦਾ। ਇਹ ਵੀ ਪਾਵਰ ਸਟੇਅਰਿੰਗ ਕੀਤਾ ਵਾ ਬਾਈ ਜੀ, ਤੁਸੀਂ ਦੇਖੋ ਮੂਹਰੇ ਦੇਖੋ, ਲਾਈਟਾਂ ਹਾਰਨ ਬਾਈ, ਠੀਕ ਹੈ, ਓਰੀਜਨਲ ਉਹੀ ਜਾਲੀ, ਠੀਕ ਹੈ ਸਾਰਾ ਕੁਛ। ਇਹ ਚੀਜ਼ ਹਰ ਚੀਜ਼ ਇੱਕ ਓਰੀਜਨਲ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹ ਨਵੇਂ ਹੈ। ਇਹ ਆਪਾਂ ਐਂ ਕਹਿੰਦੇ ਨਾ ਵੀ ਤਿਆਰ ਹੋ ਗਿਆ, ਪਰ ਜਦੋਂ ਸਾਰੀ ਜਾਣ ਹੀ ਪੈਗੀ ਇਹਦੇ 'ਚ, ਇਹ ਨਵੀਂ ਬਣ ਜਾਂਦਾ ਬਾਈ। ਹਰ ਚੀਜ਼ ਦੇ ਉੱਤੇ ਤੁਸੀਂ ਮਾਰ ਸਕਦੇ ਹਾਂ, ਜੇ ਦੂਰ ਆਪਾਂ ਦੇਖਾਂਗੇ ਇੱਦਾਂ ਹੀ ਲੱਗਦਾ ਵੀ ਏਜੰਸੀ ਦੇ ਵਿੱਚੋਂ ਨਿਕਲ ਕੇ ਟਰੈਕਟਰ ਆਇਆ ਹੋਣੀ, ਵੀ ਏਜੰਸੀ ਵਾਲਿਆਂ ਨੇ ਖੜਾਇਆ। ਅਤੇ ਤੁਸੀਂ ਦੇਖ ਸਕਦੇ ਹਾਂ ਡਿੱਕ ਲੱਗਿਆ ਹੋਇਆ, ਉੱਤੇ ਫੈਨ ਲੱਗਿਆ ਹੋਇਆ ਪੱਖਾ ਵੀ ਕੋਈ ਹੋਣਾ ਆਵੇ, ਰਾਤ ਨੂੰ ਛੱਡਣ ਵਾਸਤੇ LED ਲਾਈਟਾਂ ਲੱਗੀਆਂ ਹੋਈਆਂ ਸਾਰੀਆਂ, ਠੀਕ ਹੈ ਜੀ। ਹਰ ਤਰ੍ਹਾਂ ਦੀ ਇਹਦੇ ਵਿੱਚ ਮਤਲਬ ਸਹੂਲਤ ਦਿੱਤੀ ਵੀ ਆ, ਜਿਹੜੀ ਇਹਨਾਂ ਦੀ ਹੁੱਡ ਬਣਾ ਕੇ ਲਾਇਆ ਵਾ, ਬੜਾ ਪਿਆਰਾ ਲੱਗਦਾ ਬਾਈ। ਹਾਂਜੀ, ਇਹ ਸਟੀਲ ਦੀ ਸਪੋਰਟ ਲਾਈ ਹੈ ਜੀ ਸ਼ੈਡ 'ਤੇ, ਜੇ ਕੋਈ ਬਹਿੰਦਾ ਹੱਥ ਪਾਉਣ ਵਾਸਤੇ, ਅਤੇ ਤੁਸੀਂ ਦੇਖ ਸਕਦੇ ਹਾਂ। ਅਤੇ ਬਾਕੀ ਇਹਦੇ ਵੀ ਤੁਸੀਂ ਹੁੱਕ ਵਗੈਰਾ ਉਹੀ ਚੀਜ਼ ਪ੍ਰੋਪਰ, ਮਜ਼ਬੂਤੀ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਮਜ਼ਬੂਤੀ ਇਹਨਾਂ ਨੇ ਮਜ਼ਬੂਤੀ ਦਿੱਤੀ ਆ, ਹਰ ਚੀਜ਼ ਦੇ ਵਿੱਚ ਮਜ਼ਬੂਤੀ ਹੈ ਜੀ, ਹਰ ਚੀਜ਼ ਦੇਖੋ। ਹਾਂਜੀ, ਇਹ ਜਿਵੇਂ ਕੋਈ ਲਾਈਟ ਲੱਗ ਗਈ ਟਰਾਲੀ 'ਤੇ, ਕੋਈ ਹੋਰ ਚੀਜ਼ ਹੈ ਪਲੱਗ ਦੇ ਤੱਕ ਤਰ੍ਹਾਂ, ਠੀਕ ਹੈ ਜੀ, ਸਾਰਾ ਕੁਛ ਮਤਲਬ ਲੈਫਟ ਵਾਲਾ ਹਰ ਇੱਕ ਚੀਜ਼ ਮਤਲਬ ਬਦਲਾਵ ਹੋਈ ਵਾ। ਦੇਖੋ ਪਲੇਟ ਲੱਗੀ, ਹਰ ਚੀਜ਼ ਮਤਲਬ ਵਧੀਆ ਚੰਗੀ ਲੱਗੀ ਹੈ। ਇਹ ਇੰਡੀਕੇਟਰ ਹੈ? ਅੱਛਾ ਜੀ, ਇਹ ਨੰਬਰ ਪਲੇਟ 'ਤੇ ਪੈਂਦੀ ਹੈ ਜੀ ਲਾਈਟ, ਬਿਲਕੁਲ ਜੀ, ਬਹੁਤ ਸਹੀ ਹੈ ਜੀ। ਇਹ ਸੀਗੇ ਜੀ ਬਾਈ ਦੇ ਨਾਲ ਆਪਾਂ ਗੱਲ ਕਰਵਾਈ ਹੈ। ਬਾਈ ਜੀ ਦੁਬਾਰੇ ਆਪਣਾ ਦੱਸੋ, ਐਡਰੈਸ ਦੱਸੋ, ਪ੍ਰੋਪਰ ਕਿੱਥੇ ਤਿਆਰ ਹੁੰਦੇ ਆ? ਸਾਡਾ ਐਡਰੈਸ ਹੈਗਾ ਜੀ BPO ਸਵੱਦੀ ਕਲਾਂ। ਸਵੱਦੀ ਕਲਾਂ ਜੀ, ਨੇੜੇ ਮੁੱਲਾਪੁਰ ਦਾਖਾ। ਹਾਂਜੀ, ਠੀਕ ਹੈ ਜੀ, ਨੇੜੇ ਮੁੱਲਾਪੁਰ ਦਾਖਾ ਜੀ। ਮਾਲਵੇ ਦਾ ਬਹੁਤ ਮਸ਼ਹੂਰ ਪਿੰਡ ਆ ਸਵੱਦੀ ਕਲਾਂ। ਸਵੱਦੀ ਕਲਾਂ ਜੀ, ਟੀਚਰਾਂ ਦਾ ਪਿੰਡ ਗਿਣਿਆ ਜਾਂਦਾ। ਹਾਂਜੀ, ਅਤੇ ਬਾਕੀ ਬਾਈ ਦਾ ਤੁਹਾਨੂੰ ਨੰਬਰ ਤੁਹਾਨੂੰ ਦੱਸ ਦਿੱਤਾ, ਪਲੇਟ 'ਤੇ ਵੀ ਲਿਖਿਆ ਵਾ, ਤੁਸੀਂ ਨੰਬਰ 'ਤੇ ਨਿਗਾਹ ਮਾਰ ਸਕਦੇ ਆ, 98782075735 ਜੀ ਇਹ ਨੰਬਰ ਹੈ। ਤੁਸੀਂ ਇਹ ਵੀ ਦੇਖ ਸਕਦੇ ਹੋ, ਕਿਸੇ ਨੇ ਵੀ ਤਿਆਰ ਕਰਵਾਉਣਾ ਇੱਕ ਵਾਰੀ ਬਾਈ ਦੇ ਨਾਲ ਜ਼ਰੂਰ ਗੱਲ ਕਰੋ ਬਾਈ। ਧੰਨਵਾਦ ਸਾਰੇ ਭਰਾਵਾਂ ਦਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਰੋ ਬਾਈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਵਧੀਆ ਵਧੀਆ ਵੀਡੀਓ ਮਿਲਣੀ ਹੈ।